ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰ ਗੋਲਡੀ ਇੰਦਰ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀ ਐਂਡ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਚੈਨਲ ਨੂੰ ਇੰਨਾ ਸਪੋਰਟ ਕਰ ਰਹੇ ਹੋ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ ਪਲੀਜ਼ ਇਦਾਂ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਐਂਡ ਪਲੀਜ਼ ਜੋ ਵੀ ਮੇਰੇ ਚੈਨਲ ਤੇ ਨਵੇਂ ਨੇ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਐਂਡ ਸ਼ੇਅਰ ਵੀ ਕਰਿਆ ਕਰੋ ਜੀ ਐਂਡ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ ਨੇ ਅੱਜ ਮੈਂ ਤੁਹਾਡੇ ਸਾਹਮਣੇ ਲਾਈਕ ਜੋਰਜਟ ਦੇ ਸੂਟ ਲੈ ਕੇ ਆਈ ਹਾਂ ਇੱਕ ਤਾਂ ਮੇਰੇ ਨਾਲ ਦਾ ਹੀ ਹੈ ਜੀ ਉਹਨਾਂ ਨੇ ਉਦਾਂ ਹੀ ਟਾਈ ਐਂਡ ਡਾਈ ਕਰਵਾਇਆ ਬਟ ਉਹਨਾਂ ਨੇ ਦੁਪੱਟਾ ਚੇਂਜ ਕਰਵਾਇਆ ਆ ਮੈਂ ਅੱਜ ਉਹ ਤੁਹਾਨੂੰ ਦਿਖਾਉਂਗੀ ਕਿ ਉਹਨੂੰ ਆਪਾਂ ਕਿਵੇਂ ਲਾਈਟ ਕਰ ਸਕਦੇ ਸੀਗੇ ਉਹਨਾਂ ਨੇ ਸਿੰਗਲ ਦੁਪੱਟਾ ਹੀ ਕਰਵਾਇਆ ਇੱਕ ਹੋਰ ਦੂਸਰਾ ਵੀ ਜੋਰਜਟ ਤੇ ਉਹ ਵੀ ਟਾਈ ਐਂਡ ਡਾਈ ਆ ਉਹਦੇ ਤੇ ਮਸ਼ੀਨ ਐਮਬ੍ਰੋਇਡਰੀ ਆ ਅੱਜ ਤਿੰਨੋਂ ਹੀ ਟਾਈ ਐਂਡ ਡਾਈ ਆ ਲਾਈਕ ਟਾਈ ਐਂਡ ਡਾਈ ਪਤਾ ਕੀ ਹੈ ਮੈਮ ਜਦੋਂ ਵੀ ਅਸੀਂ ਦਿਖਾਉਂਦੇ ਆ ਹਨਾ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਹੋਣ ਕਰਕੇ ਸੋਬਰ ਲੁੱਕ ਹੋਣ ਕਰਕੇ ਬਹੁਤ ਜ਼ਿਆਦਾ ਇਹਦੇ ਆਰਡਰਸ ਆ ਰਹੇ ਨੇ ਇਸ ਕਰਕੇ ਜ਼ਿਆਦਾਤਰ ਇਹੀ ਚੱਲ ਰਹੇ ਨੇ ਤੇ ਉਹਦੇ ਵਿੱਚ ਆਪਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਕ੍ਰੀਏਟੀਵਿਟੀ ਕੀਤੀਆਂ ਹੋਈਆਂ ਨੇ ਐਂਡ ਜਿਹੜਾ ਤੀਸਰਾ ਟਾਈ ਐਂਡ ਡਾਈ ਦਾ ਸੂਟ ਆ ਉਹ ਜੋਰਜਟ ਤੇ ਨਹੀਂ ਹੈਗਾ ਉਹ ਹਾਬੂਤਾਈ ਤੇ ਆ ਲਾਈਕ ਉਹਦੇ ਵਿੱਚ ਅਸੀਂ ਜਸਟ ਇੱਕ ਸਲਵਾਰ ਤੇ ਵਰਕ ਕੀਤਾ ਐਂਡ ਉਹਦਾ ਦੁਪੱਟਾ ਕ੍ਰੀਏਟ ਕੀਤਾ ਆ ਅੱਜ ਮੈਂ ਤੁਹਾਨੂੰ ਉਹ ਸੂਟ ਦਿਖਾਉਂਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਹਾਬੂਤਾਈ ਵਾਲਾ ਦਿਖਾਉਂਦੀ ਹਾਂ ਇਹਦੀ ਜਿਹੜੀ ਸ਼ਰਟ ਹੈ ਇਹ ਅਸੀਂ ਇਦਾਂ ਟਾਈ ਐਂਡ ਡਾਈ ਕੀਤੀ ਹੋਈ ਸੀ ਪਹਿਲਾਂ ਮੈਂ ਇਹਨੂੰ ਸ਼ੋਅ ਨਹੀਂ ਕੀਤਾ ਜਸਟ ਜਿਹੜੇ ਵੀ ਮੇਰੇ ਨਾਲ ਐਡ ਨੇ ਲਾਈਕ ਵਟਸਐਪ ਤੇ ਉਹਨਾਂ ਨੇ ਇਹ ਸੂਟ ਦੇਖੇ ਹੀ ਹੋਣੇ ਸਾਡੇ ਅਸੀਂ ਇਹਨਾਂ ਨੂੰ ਸਟੇਟਸ ਦੇ ਉੱਪਰ ਹੀ ਪਾਏ ਹੋਏ ਸੀ ਇਹ ਦੀ ਸ਼ਰਟ ਹੈ ਜਿਹੜਾ ਹਾਬੂਤਾਈ ਸਟੱਫ ਹੁੰਦਾ ਨਾ ਜੀ ਇਹ ਥੋੜਾ ਜਿਹਾ ਲਾਈਕ ਜਿਵੇਂ ਆਪਾਂ ਕਹਿੰਦੇ ਆ ਨਾ ਸਿੰਥੈਟਿਕ ਟਾਈਪ ਹੁੰਦਾ ਆ ਜਿਵੇਂ ਕਰੇਵ ਦੀ ਲੁੱਕ ਹੁੰਦੀ ਹੈ ਨਾ ਉਵੇਂ ਹੁੰਦੀ ਹੈ ਇਹ ਕਾਟਨ ਲੁੱਕ ਦੇ ਵਿੱਚ ਨਹੀਂ ਹੁੰਦਾ ਇਹ ਕਰੇਵ ਦੀ ਲੁੱਕ ਦੇ ਵਿੱਚ ਹੁੰਦਾ ਆ ਤੇ ਅਸੀਂ ਇਹਦੇ ਵਿੱਚ ਦੋ ਸ਼ੇਡ ਪਵਾਏ ਹੋਏ ਆ ਸੌਰੀ ਦੋ ਸ਼ੇਡ ਪਵਾਏ ਇੱਕ ਤਾਂ ਪਰਪਲ ਪਵਾਇਆ ਆ ਐਂਡ ਇੱਕ ਬਲੂ ਜਿਹਾ ਆ ਲਾਈਕ ਨੋਟ ਡਾਰਕ ਬਲੂ ਠੀਕ ਜਿਹਾ ਬਲੂ ਆ ਇਹਦੀ ਸ਼ਰਟ ਬਣੀ ਹੋਈ ਆ ਇੱਦਾਂ ਸਾਰੀ ਸ਼ਰਟ ਤੇ ਟਾਈ ਐਂਡ ਡਾਈ ਕੀਤਾ ਹੋਇਆ ਆ ਆ ਦੇਖੋ ਆ ਸਾਰੀ ਸ਼ਰਟ ਆ ਸ਼ਰਟ ਨੂੰ ਅਸੀਂ ਇੱਦਾਂ ਹੀ ਸਿੰਪਲ ਰੱਖਿਆ ਸ਼ਰਟ ਦੇ ਉੱਪਰ ਨਹੀਂ ਕੁਛ ਕਰਵਾਇਆ ਹੈਗਾ ਸ਼ਰਟ ਤੇ ਅਸੀਂ ਤਾਂ ਹੀ ਨਹੀਂ ਕਰਵਾਇਆ ਕਿ ਲਾਈਕ ਕਈ ਵਾਰੀ ਇਦਾਂ ਹੁੰਦਾ ਨਾ ਕਿ ਦਿਖਦਾ ਨਹੀਂ ਹੈਗਾ ਵਰਕ ਜੇ ਆਪਾਂ ਕੁਛ ਕਰਵਾਉਂਦੇ ਹੋ ਕੁਛ ਜ਼ਿਆਦਾ ਹੈਵੀ ਕਰਵਾਉਣਾ ਪੈਣਾ ਸੀ ਬਟ ਇਹ ਕਸਟਮਰ ਨੂੰ ਇੰਨਾ ਲਾਈਕ ਨਹੀਂ ਬਾਹਲਾ ਜ਼ਿਆਦਾ ਲਾਈਕ ਉਹ ਵੀ ਮੀਨਸ ਹੋਵੇ ਕਿ ਉੱਪਰ ਦੀ ਉੱਪਰ ਕੁਛ ਵਰਕ ਕੀਤਾ ਹੋਵੇ ਐਂਡ ਜਿਹੜੀ ਇਹਦੀ ਬੋਟਮ ਹੈ ਇਹਦੀ ਬੋਟਮ ਇੱਦਾਂ ਕਰੀਮ ਕਲਰ ਦੀ ਹੈ ਕਰੀਮ ਕਲਰ ਹੈ ਵਾਈਟ ਨਹੀਂ ਹੈਗਾ ਕਰੀਮ ਜਿਹਾ ਆ ਜਿਹੜੀ ਇਹਦੀ ਬੋਟਮ ਹੈ ਅਸੀਂ ਇੱਦਾਂ ਮਸ਼ੀਨ ਐਮਬ੍ਰੋਇਡਰੀ ਕਰ ਦਿੱਤੀ ਉਹਦੇ ਤੇ ਆ ਦੇਖੋ ਇਹ ਅਸੀਂ ਨਾ ਤਿੰਨ ਤਿੰਨ ਚਾਰ ਚਾਰ ਇੰਚ ਤੇ ਲਾਈਕ 4 ਇੰਚ ਤੇ ਬਣਾਈ ਹੋਈ ਆ ਇਹ ਇਦਾਂ ਨਾ ਪੌਂਚੇ ਬਣਨਗੇ ਇਦਾਂ ਇੱਥੋਂ ਪੌਂਚਾ ਬਣ ਕੇ ਤੇ ਇੱਥੋਂ ਬਣ ਕੇ ਨਾ ਲਾਈਕ ਉਹਦੇ ਸੀਨ ਬਸ ਇੱਕ ਹੀ ਲੱਗੂਗੀ ਤੇ ਜਿਵੇਂ ਆਪਾਂ ਸਲਵਾਰ ਬਣਾਉਣੇ ਆ ਨਾ ਕਈ ਵਾਰੀ ਹੁੰਦਾ ਕਿ ਆਪਾਂ ਸਟ੍ਰੇਟ ਸਲਵਾਰਾਂ ਨਹੀਂ ਬਣਾਉਂਦੇ ਥੋੜੀਆਂ ਜਿਹੀਆਂ ਹੈਵੀ ਬਣਾਉਣੀਆਂ ਅਸੀਂ ਉਹਨੂੰ ਧਿਆਨ 'ਚ ਰੱਖ ਕੇ ਬਣਾਇਆ ਹੋਇਆ ਇਹ ਇਦਾਂ ਆ ਜੂਗੀ ਜੀ ਬਸ ਜਿਵੇਂ ਇੱਕ ਸੀਨ ਇੱਥੇ ਲੱਗ ਗਈ ਇੱਕ ਇੱਥੇ ਲੱਗ ਗਈ ਵਿੱਚ ਨਹੀਂ ਲੱਗ ਸਕਦੀ ਕਿਉਂਕਿ ਵਰਕ ਹੋਇਆ ਹੋਇਆ ਆ ਤਾਂ ਕਰਕੇ ਇਦਾਂ ਸਲਵਾਰ ਬਣੂਗੀ ਕਈ ਵਾਰੀ ਆਪਾਂ ਇਦਾਂ ਹੁੰਨੇ ਆ ਕਿ ਪਹੁੰਚੇ ਪਾਉਣੇ ਹੁੰਦੇ ਆਪਾਂ ਤਾਂ ਉਹਦੇ ਉੱਪਰ ਵਰਕ ਕਰਵਾ ਲੈਨੇ ਆ ਕਈ ਵਾਰੀ ਇਦਾਂ ਹੁੰਦਾ ਪਹੁੰਚੇ ਆਪਾਂ ਪਵਾਉਂਦੇ ਨਹੀਂ ਬਟ ਇਦਾਂ ਹੀ ਬਸ ਬਣਾ ਲੈਨੇ ਆ ਲਾਈਕ ਬੁਕਰਮ ਤਾਂ ਇਹਦੇ 'ਚ ਪਊਗੀ ਬਟ ਦੋ ਹੀ ਸੀਨਾਂ ਲੱਗਣਗੀਆਂ ਤਾਂ ਕਰਕੇ ਅਸੀਂ ਇਹਨੂੰ ਇਦਾਂ ਬਣਾਇਆ ਬਾਕੀ ਤੁਸੀਂ ਜੇ ਸਟ੍ਰੇਟ ਸਲਵਾਰ ਲਈ ਬਣਾਉਣਾ ਆ ਤਾਂ ਵੀ ਇਹ ਬਣ ਸਕਦਾ ਆ ਤੇ ਤਿੰਨ ਤਿੰਨ ਚਾਰ ਚਾਰ ਇੰਚ ਤੇ ਆਈ ਥਿੰਕ ਬਣਿਆ ਹੋਇਆ ਆ ਇਹ ਵਰਕ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਨੀਚੇ ਇੱਕ ਵੇਲ ਟਾਈਪ ਹੀ ਅਸੀਂ ਬਣਾ ਦਿੱਤਾ ਹੈ ਉਹਦੇ ਨਾਲ ਇਹਦੀ ਸਲਵਾਰ ਆ ਸਲਵਾਰ ਇਹ ਬਿਲਕੁਲ ਪਲੇਨ ਸੀ ਤਾਂ ਉਹਨਾਂ ਨੂੰ ਇਦਾਂ ਸੀ ਵੀ ਥੋੜੀ ਜਿਹੀ ਡਿਜ਼ਾਈਨਰ ਹੋ ਜੇ ਤਾਂ ਕਰਕੇ ਬਾਕੀ ਇਹਦੇ ਨੀਚੋਂ ਦੀ ਇਦਾਂ ਨਾ ਇੱਥੇ ਲੈਸ ਵੀ ਨਿਕਲ ਸਕਦੀ ਆ ਜੇ ਆਪਾਂ ਬੁਕਰਮ ਪਵਾ ਕੇ ਫਿਰ ਬਾਹਲਾ ਚੌੜਾ ਜਿਹਾ ਹੋ ਜਾਊਗਾ ਬਾਕੀ ਉਹਨਾਂ ਦੀ ਮਰਜ਼ੀ ਹੈ ਜੀ ਉਹ ਕਿਵੇਂ ਸਟਿਚਿੰਗ ਕਰਵਾਉਣਗੇ ਇਹਦੀ ਇਹ ਇਦਾਂ ਬਣੂਗਾ ਐਂਡ ਜਿਹੜਾ ਇਹਦਾ ਦੁਪੱਟਾ ਹੈ ਜੀ ਇਹਦਾ ਦੁਪੱਟਾ ਇਦਾਂ ਬਣਿਆ ਹੋਇਆ ਇਹ ਪਿਓਰ ਚਨੋਨ ਨਹੀਂ ਹੈਗਾ ਸੈਮੀ ਚਨੋਨ ਆ ਇਹ ਐਂਡ ਇਹਦਾ ਦੁਪੱਟਾ ਇਦਾਂ ਬਣ ਗਿਆ ਦੇਖੋ ਸੈਂਟਰ ਦੇ ਵਿੱਚ ਨਾ ਅਸੀਂ ਇਦਾਂ ਫਲਾਰ ਪਾ ਦਿੱਤਾ ਹੈ ਇਹਦੇ ਆ ਦੇਖੋ ਇਹ ਸੈਂਟਰ 'ਚ ਆਊਗਾ ਜੀ ਬਿਲਕੁਲ ਜਦੋਂ ਆਪਾਂ ਇਹਨੂੰ ਦੁਪੱਟੇ ਨੂੰ ਕੈਰੀ ਕਰਾਂਗੇ ਨਾ ਤਾਂ ਇਹ ਸੈਂਟਰ 'ਚ ਇਹਦਾ ਡਿਜ਼ਾਈਨ ਆਊਗਾ ਅਸੀਂ ਸੂਟ ਦਾ ਡਿਜ਼ਾਈਨ ਹੀ ਚੱਕਿਆ ਲਾਈਕ ਕਲਰ ਚੱਕਿਆ ਆ ਜਿਵੇਂ ਉਹਦੇ ਵਿੱਚ ਆ ਬਲੂ ਜਾਂ ਫਰੋਜ਼ੀ ਟਾਈਪ ਜਾਂ ਕੁਛ ਕਲਰ ਪਿਆ ਹੋਇਆ ਸੀ ਐਂਡ ਕਰੀਮ ਅਤੇ ਅਸੀਂ ਥੋੜ੍ਹਾ ਜਿਹਾ ਵਿੱਚ ਪਰਪਲ ਵੀ ਪਾਇਆ ਹੋਇਆ ਆ ਐਂਡ ਤਿੱਲੇ ਦੀ ਲੁੱਕ ਦਿੱਤੀ ਹੋਈ ਆ ਜ਼ਰੀ ਲੱਗੀ ਹੋਈ ਆ ਵਿੱਚ ਇਹਦੇ ਇਹ ਦੁਪੱਟਾ ਇੱਦਾਂ ਬਣੂਗਾ ਐਂਡ ਜਿਹੜੇ ਸਾਈਡਸ ਆ ਇਹਦੀਆਂ ਸਾਈਡਸ 'ਤੇ ਅਸੀਂ ਪਾਈਪਿੰਗ ਕੱਢਾਂਗੇ ਲਾਈਕ ਕਰੀਮ ਕਲਰ ਦੀ ਇੱਕ ਪਾਈਪਿੰਗ ਕੱਢਾਂਗੇ ਸੈਮੀ ਚਨੋਨ ਹੈ ਜੀ ਇਹ ਪਿਓਰ ਚਨੋਨ ਨਹੀਂ ਹੈਗਾ ਇਹ ਦੁਪੱਟਾ ਇੱਦਾਂ ਆਊਗਾ ਜਦੋਂ ਆਪਾਂ ਇਹਨੂੰ ਕੈਰੀ ਕਰਿਆ ਕਰਾਂਗੇ ਉਹ ਇੱਦਾਂ ਸੈਂਟਰ ਦੇ ਵਿੱਚ ਆਇਆ ਕਰੂਗਾ ਜੇ ਆਪਾਂ ਸਿਰ 'ਤੇ ਵੀ ਲੈਣਾ ਤਾਂ ਵਾਲਾ ਜਿਹੜਾ ਇਹਦਾ ਡਿਜ਼ਾਈਨ ਹੈ ਇਹ ਸਿਰ 'ਤੇ ਆਊਗਾ ਲਾਈਕ ਕਈ ਵਾਰੀ ਆਪਾਂ ਹੁੰਦੇ ਆ ਗੁਰੂ ਘਰ ਵਗੈਰਾ ਜਾਂਦੇ ਆ ਜਾਂ ਕਿੱਦਾਂ ਵੀ ਤਾਂ ਇਹ ਇੱਦਾਂ ਸਿਰ 'ਤੇ ਆਊਗਾ ਹੁਣ ਮੈਂ ਤੁਹਾਨੂੰ ਦੂਸਰਾ ਸੂਟ ਦਿਖਾਉਂਦੀ ਹਾਂ ਇਹ ਤਾਂ ਹੈਗਾ ਜੀ ਜੋਰਜਟ ਦੇ ਉੱਤੇ ਇਹ ਵੀ ਟਾਈ ਐਂਡ ਡਾਈ ਕੀਤਾ ਹੋਇਆ ਆ ਲਾਈਕ
कई होंगे कई उन्होंने ऐदा होंगे भी एक ही तरह का दिखा रहे हैं, बट जो भी मैं कोई भी टाई एंड डाई का सूट दिखा हाँ थैंक यू सो मच तुसी सारे इन्ना इन पसंद कर दे इन्ना लाइक कर दे करके जी ए भी किसी कस्टमर का ही आने इदा वाइट के उत्ते बनाया होया शर्ट है। यदि शर्ट है ना जी जो ए स्टिच होगी मैं भी ए सेम बनवाया जो भी स्टिच होगा मैं थोड़ा जरूर दिखाऊंगी। असी नैक ना ये वगू बनावे जिम्मे असी मेहरून का बनाया होया आ चॉकलेट शेड का शायद थानू याद होगा जो तुम नहीं देखी तो प्लीज बैक जाके वीडियो जरूर चैक करो। वह नैक असी जिम्मे डिजाइन किया होमी असी डिजाइन करा बाकी पाइपिंग वगैरह लग जूगी। एंड ए जी बॉटम है जी प्लेन आ वाइट कलर की बॉटम है तुसी बॉटम से भी कुछ करवा सकते हो थोड़ी विश है बट उन्होंने प्लेन ही रखवाया आ। एंड जेड़ा दा दुपट्टा है दुपट्टा है दा प्योर ऑर्गेंजा दा आ इहदे अजे साइड्स ते लैस लगनी बाकी आ। असी सोच रहे हैं मेहंदी कलर की लगाइए क्योंकि सारा इको जहा हो जूगा जां वाइट जां मेहंदी क्योंकि मेहंदी इस करके आ देखो ये दुपट्टे दे सेंटर ते वर्क होया ते असी विच इहदे मेहंदी कलर पाया होया आ देखो असी सेंटर किया होया इहदा भी वर्क। एंड दुपट्टा जेड़ा टाई एंड डाई किया होया आ ये असी बहुत मुश्किल ट्राई किया जी इदा टाई एंड डाई क्योंकि ऑर्गेंजा ते ना ज्यादातर इदा टाई एंड डाई बहुत घट हुंदी आ बड़ी छेती कलर मिक्स हो जाते बट सानू लग गया इहदे ते टाइम इदा ट्राई करन ते बट हो गया। असी बहुत वारी दुपट्टा ट्राई किया पहला बार साडे तो नहीं हो रहा सी बट इस वारी डायर ने साडे ने जरूर ट्राई किया एंड बहुत सोहना बनाया है दुपट्टा देखो विचों इदा उन्होंने टाई एंड डाई करता वाइट नूं रख के एंड जिहड़े इहदे बॉर्डर आ इदा हॉट पिंक रख दिते आ लाइक जरा मरजेंटा कलर हुंदा ते ए भी इदा सेंटर इहदा वर्क आऊगा जी ए इदा सेंटर ते वर्क आ ए भी जो आप इदा कैरी करांगे ना ते इदा सेंटर ते आया करूगा ए भी वर्क असी तां ही इहदा सेंटर रखिया आ। थोड़ी जी सिंपल ते सोबर लुक दित्ती आ आपां ज्यादा हैवी नहीं किया हैगा इहनू कि चलो सोहना लगता है थोड़ी जी जिवें आपां गर्लिश लुक कह दिंदे आ उवें सोहना लगता बाकी जो इहदी लैस वगैरह लग गई एंड सूट स्टिच हो गया उदों मैं जरूर इहदी वीडियो लैके आऊंगी कि किद्दां असी इहदा सूट स्टिच किया आ जरूर दिखाऊंगी तुहानू। हुण मैं तुहानू दूसरा सूट दिखाउंदी आ तां जी तुसी सारयां ने देखिया ही होया मैं पहला अपनी वीडियो दे विच शेयर किया होया सीगा टाई एंड डाई ए जमा एज इट इज मेरे नाल दा इहदे नाल दे असी काफी सूट बना दिते बट मैं इसलिए नहीं वीडियो शेयर करती हैगी कि सेम तो हैगा है ना सेम मैं इहदे बारे समझाया होया आ इहदे इहनां दा जमा सेम सूट इदां ही बनया होया जिहड़ा इहनां ने दुपट्टा बनवाया आ दुपट्टा उहनां ने सिंगल कलर किया आ देखो प्योर चनोन दा दुपट्टा एंड उन्होंने चॉकलेट शेड ही रख्या है दुपट्टे नूं दुपट्टे नूं डबल नहीं किया एंड असी साइड ते इदा पाइपिंग लगाई आ जो इहदा नीचे आऊगा इदा बनूगा यह मैहरून कलर की लगा दिती ते बाहर इहदी इदा पाइपिंग आउंदी आ देखो असी मशीन दे नाल इहनूं इदा लगा दिता कि चलो सोहनी लुक आउंदी आ। एंड सारा मैं थोनूं पहला इहदा खोल के दिखांदी आ दुपट्टा असी किदां किया आ उन्होंने बहुत लाइट लुक लई आ दुपट्टे की मेरा तो बहुत ज्यादा हैवी सीगा आ देखो असी इदा ना विच इहदे लाइना पा दित्तियां सीधियां दीआं सीधियां एंड विच सारे दुपट्टे दे विच छोटे छोटे फुल पा दित्ते आ आ देखो मैं थोनू दिखाउनी आ इहदा जिहड़ा असी डिजाइन किया आ इदा किया आ आ देखो सीधियां इदा लाइना पाईआं आ मेरा जिहड़ा दुपट्टा सी जी ओह इदा सारा फिल होया होया सी जिहड़ा इह दुपट्टा आ इदा तीन लाइना पा के एक तां इह सेंटर दे विच आऊगी जदों आपां इदा कैरी करांगे जां सिर वगैरा ते लवांगे ते इक इहदी लाइन इदा पल्ले ते आ देखो इदा पल्ले ते बनी होई आ ਇਹ ਚਾਕਲੇਟ ਸ਼ੇਡ ਹੈ ਮਹਿਰੂਨ ਕਲਰ ਨਹੀਂ ਉਹਨਾਂ ਨੇ ਕਰਵਾਇਆ ਹੈਗਾ ਕਿਉਂਕਿ ਇਹ ਉਹਨਾਂ ਦੇ ਮਦਰ ਦਾ ਆ ਤਾਂ ਕਰਕੇ ਅਸੀਂ ਚਾਕਲੇਟ ਸ਼ੇਡ ਹੀ ਰੱਖਿਆ ਮਹਿਰੂਨ ਫਿਰ ਥੋੜਾ ਜਿਹਾ ਜ਼ਿਆਦਾ ਡਾਰਕ ਹੋ ਜਾਂਦਾ ਹੈ ਇਹ ਇਦਾਂ ਇੱਕ ਪੱਲੇ ਤੇ ਲਾਈਨ ਆ ਗਈ ਇੱਕ ਸੈਂਟਰ 'ਚ ਇੱਕ ਇੱਧਰ ਆ ਐਂਡ ਜਿਹੜਾ ਇਹਦਾ ਵਿੱਚੋਂ ਬਣਿਆ ਹੋਇਆ ਵਿੱਚੋਂ ਅਸੀਂ ਇੱਦਾਂ ਬਣਾਇਆ ਹੋਇਆ ਆ ਸਿੰਪਲ ਬਣਾਈਆਂ ਹੋਈਆਂ ਜਿਵੇਂ ਆਪਾਂ ਕਹਿੰਦੇ ਨੇ ਬੂਟੀਆਂ ਟਾਈਪ ਬਣਾ ਦਿੱਤੀਆਂ ਆ ਇੱਦਾਂ ਬਣਾਈਆਂ ਹੋਈਆਂ ਆ ਇਹ ਸਿੰਪਲ ਰੱਖਿਆ ਜੀ ਦੁਪੱਟਾ ਉਹਨਾਂ ਨੇ ਕੋਈ ਜ਼ਿਆਦਾ ਹੈਵੀ ਨਹੀਂ ਕਰਵਾਇਆ ਹੈਗਾ ਇਹ ਪਿਓਰ ਚਨੋਨ ਦੇ ਉੱਪਰ ਆ ਬਸ ਅਸੀਂ ਇੱਦਾਂ ਪਾਈਪਿੰਗ ਕੱਢ ਦਿੱਤੀ ਇਹਨੂੰ ਥੋੜ੍ਹੀ ਜੀ ਸਟਾਈਲਿਸ਼ ਜੀ ਲੁੱਕ ਦੇ ਦਿੱਤੀ ਤਾਂ ਕਰਕੇ ਅਸੀਂ ਐਂ ਪਾਈਪਿੰਗ ਬਣਾ ਦਿੱਤੀ ਇਹ ਇੱਦਾਂ ਬਣਿਆ ਹੋਇਆ ਜੀ ਇਹ ਇਸ ਸੂਟ ਦੇ ਨਾਲ ਦਾ ਦੁਪੱਟਾ ਆ ਇਹਨੂੰ ਤੁਸੀਂ ਇੱਦਾਂ ਵੀ ਬਣਵਾ ਸਕਦੇ ਹੋ ਇਹਦੇ ਤੋਂ ਜ਼ਿਆਦਾ ਵੀ ਕਰਵਾ ਸਕਦੇ ਹੋ ਮੇਰੇ ਵਾਲਾ ਤਾਂ ਜਿਵੇਂ ਬਹੁਤ ਜ਼ਿਆਦਾ ਹੈਵੀ ਸੀ ਤੁਸੀਂ ਇਹਨੂੰ ਇੱਦਾਂ ਐਜ਼ ਇਟ ਇਜ਼ ਬਣਵਾ ਸਕਦੇ ਹੋ ਜੇ ਤੁਸੀਂ ਬਣਵਾਉਣਾ ਚਾਹੋ ਤਾਂ ਅਸੀਂ ਇੱਦਾਂ ਇੱਕ ਸਿੰਪਲ ਜੀ ਲੁੱਕ ਦਿੱਤੀ ਹੈ ਇਹਨੂੰ। एंड ये दूसरा सूट है जी जॉर्जेट ते है एदा जिहड़ा दुपट्टा ना सेम एज इट इज मेरे नाल दा बन रहा है जिवें मेरा दुपट्टा सीगा मैहरून कलर दा उन्होंने सेम एज इट इज ही बनाया उन्ना ही हैवी बट उन्होंने ना जिहड़ा सूट आ लैता तां जॉर्जेट दे उत्ते ही आ बट उन्होंने घेरे दे वर्क करवाया देखो असी इदां ना घेरे ते वर्क कीता आ ये प्लाजो सूट बनूगा
ਆ ਦੇਖੋ ਹੋਰ ਕਿਤੇ ਨਹੀਂ ਕਰਵਾਇਆ ਹੋਇਆ ਜੀ ਉਹਨਾਂ ਨੇ ਸਿਰਫ ਇਦਾਂ ਘੇਰੇ ਤੇ ਵਰਕ ਕਰਵਾਇਆ ਹੋਇਆ ਇਹ ਚਾਕਲੇਟ ਸ਼ੇਡ ਇੱਕ ਸ਼ੇਡ ਦੇ ਵਿੱਚ ਹੀ ਉਹਨਾਂ ਨੇ ਬਣਵਾਇਆ ਹੋਇਆ ਐਂਡ ਅਸੀਂ ਨਾ ਇਹਨੂੰ ਉਹਦਾ ਜਿਹੜਾ ਡਿਜ਼ਾਈਨ ਪਿਕ ਕਰਕੇ ਇਦਾਂ ਬਣਵਾ ਦਿੱਤਾ ਤੁਸੀਂ ਵੀ ਬਣਵਾ ਸਕਦੇ ਹੋ ਜੀ ਇਦਾਂ ਜਿਵੇਂ ਇਦਾਂ ਅਸੀਂ ਸਿੱਪੀਆਂ ਦੇ ਨਾਲ ਕੀਤਾ ਹੋਇਆ ਜੇ ਤੁਸੀਂ ਚਾਹੋ ਤਾਂ ਸੂਟ ਦੇ ਉੱਪਰ ਉੱਪਰ ਵੀ ਕਰਵਾ ਸਕਦੇ ਹੋ ਛੋਟੀ ਜਿਹੜੀ ਅਸੀਂ ਵਿੱਚ ਫਲਾਰ ਪਾਏ ਹੋਏ ਆ ਇਹ ਤੁਸੀਂ ਵਿੱਚ ਕਰਵਾ ਸਕਦੇ ਹੋ ਬਟ ਉਹਨਾਂ ਨੇ ਨਾ ਨੈਕ ਦੇ ਉੱਤੇ ਪਾਈਪਿੰਗ ਵਗੈਰਾ ਲੈਣੀ ਹੈ ਜਿਵੇਂ ਆਪਾਂ ਪੋਡਲੀ ਬਟਨਸ ਲੈਂਦੇ ਐਂਡ ਸਾਈਡ ਤੇ ਨਾ ਮਹਿਰੂਨ ਕਲਰ ਦੀ ਪਾਈਪਿੰਗ ਨਿਕਲੂਗੀ ਕਿਉਂਕਿ ਦੁਪੱਟਾ ਡਬਲ ਆ ਉਹਦਾ ਵੀ ਜਿਵੇਂ ਮੇਰਾ ਦੁਪੱਟਾ ਸੀਗਾ ਸੇਮ ਬਣਾਇਆ ਹੋਇਆ ਤਾਂ ਹੀ ਅਸੀਂ ਇਹਨੂੰ ਜ਼ਿਆਦਾ ਸੂਟ ਨੂੰ ਹੈਵੀ ਲੁੱਕ ਨਹੀਂ ਦਿੱਤੀ ਬਿਕੋਜ਼ ਦੁਪੱਟਾ ਆਲਰੇਡੀ ਤੁਸੀਂ ਸਾਰਿਆਂ ਨੇ ਦੇਖਿਆ ਹੋਇਆ ਕਿ ਬਹੁਤ ਜ਼ਿਆਦਾ ਹੈਵੀ ਆ ਤਾਂ ਕਰਕੇ ਲਾਈਟ ਲੁੱਕ ਦਿੱਤੀ ਹੋਈ ਆ ਕਿਸੇ ਨੇ ਵੀ ਇਦਾਂ ਦਾ ਰੈਡੀ ਕਰਵਾਉਣਾ ਜੀ ਇਦਾਂ ਦੀ ਲਾਈਟ ਲੁੱਕ ਦੇ ਵਿੱਚ ਕਰਵਾਉਣਾ ਜਾਂ ਦੁਪੱਟੇ ਨੂੰ ਉਦਾਂ ਰੱਖ ਕੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੁਪੱਟਾ ਦਿਖਾਇਆ ਉਦਾਂ ਰੱਖ ਕੇ ਬਣਵਾਉਣਾ ਉਦਾਂ ਵੀ ਬਣ ਸਕਦਾ ਤਾਂ ਹੀ ਅਸੀਂ ਇਹਨੂੰ ਲਾਈਟ ਲੁੱਕ ਦਿੱਤੀ ਕਿਉਂਕਿ ਮੈਨੂੰ ਬਹੁਤ ਜਣਿਆਂ ਨੇ ਉਸ ਦੁਪੱਟੇ ਬਾਰੇ ਪੁੱਛਿਆ ਕਿ ਆਪਾਂ ਉਹਨੂੰ ਲਾਈਟ ਕਿੱਦਾਂ ਕਰ ਸਕਦੇ ਹਾਂ ਉਵੇਂ ਬਣਵਾ ਸਕਦੇ ਹਾਂ ਜੀ ਆਪਾਂ ਤੇ ਸੂਟ ਨੂੰ ਨਾਲ ਇਦਾਂ ਬਣਵਾ ਸਕਦੇ ਹਾਂ ਟਾਈ ਐਂਡ ਡਾਈ ਨੂੰ ਅਗਰ ਤੁਸੀਂ ਸਕਿਪ ਕਰਨਾ ਚਾਹੋ ਇਦਾਂ ਵੀ ਬਣ ਸਕਦਾ ਹੈ ਇਹਦਾ ਦੁਪੱਟਾ ਮੈਂ ਤਾਂ ਹੀ ਨਹੀਂ ਸ਼ੋਅ ਕਰ ਰਹੀ ਕਿ ਆਲਰੇਡੀ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਸ਼ੋਅ ਕੀਤਾ ਹੋਇਆ ਐਂਡ ਮੈਂ ਵੀਅਰ ਵੀ ਕੀਤਾ ਹੋਇਆ ਆ ਇਹ ਸੀਗੇ ਜੀ ਸੂਟ ਜਿਹੜੇ ਕਿ ਮੈਂ ਤੁਹਾਨੂੰ ਦਿਖਾਏ ਨੇ ਤੇ ਐਂਡ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਵਧੀਆ ਲੱਗੇ ਹੋਣਗੇ ਬਾਕੀ ਹਾਂਜੀ ਇਹ ਹੈਗਾ ਕਿ ਮੈਂ ਇੱਕ ਹੀ ਪੈਟਰਨ ਨੂੰ ਲੈ ਕੇ ਆ ਰਹੀ ਹਾਂ ਨਾ ਜਿਵੇਂ ਟਾਈ ਐਂਡ ਡਾਈ ਬਣ ਰਹੇ ਆ ਬਟ ਇਹ ਟ੍ਰੈਂਡਿੰਗ ਚ ਹੋਣ ਕਰਕੇ ਜਦੋਂ ਵੀ ਮੈਂ ਕੁਛ ਵੀ ਦਿਖਾਉਂਦੀ ਹਾਂ ਤਾਂ ਇਹਦੇ ਬਹੁਤ ਜ਼ਿਆਦਾ ਮੈਨੂੰ ਆਰਡਰਸ ਆਉਂਦੇ ਨੇ ਕਿ ਲਾਈਕ ਸੇਮ ਐਜ਼ ਇਟ ਇਜ਼ ਬਣਾਉਣ ਲਈ ਬਾਕੀ ਤਾਂ ਇਹ ਹੁੰਦਾ ਜੀ ਇਹਦੀ ਜਿਹੜੀ ਲੁੱਕ ਆ ਬਹੁਤ ਜ਼ਿਆਦਾ ਸੋਹਣੀ ਆਉਂਦੀ ਆ ਸਿੰਪਲ ਆਉਂਦੀ ਆ ਸੋਬਰ ਆਉਂਦੀ ਆ ਬਾਕੀ ਇਹ ਗਰਲਿਸ਼ ਲੁੱਕ ਚ ਆ ਜਾਂਦੇ ਆ ਜੀ ਇਸ ਕਰਕੇ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਚੱਲਦੇ ਨੇ ਬਾਕੀ ਹੈਵੀ ਤਾਂ ਤੁਸੀਂ ਜਿੰਨਾ ਮਰਜ਼ੀ ਕਰਵਾ ਲਓ ਜੀ ਜਿਸ ਤਰ੍ਹਾਂ ਦਾ ਵੀ ਕਰਵਾਉਣਾ ਚਾਹੋਗੇ ਹਨਾ ਉਸ ਤਰ੍ਹਾਂ ਦਾ ਅਸੀਂ ਬਾਕੀ ਅਸੀਂ ਤੁਹਾਡੇ ਹਿਸਾਬ ਨਾਲ ਵੀ ਚੱਲਣਾ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਹਨਾ ਤੁਸੀਂ ਉਵੇਂ ਵੀ ਡਿਜ਼ਾਈਨ ਕਰਵਾ ਸਕਦੇ ਹੋ ਮੈਂ ਜ਼ਿਆਦਾਤਰ ਨਾ ਇਹੀ ਕੋਸ਼ਿਸ਼ ਕਰਦੀ ਹੁੰਦੀ ਹਾਂ ਵੀ ਜ਼ਿਆਦਾ ਹੈਵੀ ਲੁੱਕ ਦੇ ਸੂਟਸ ਨਾ ਲੈ ਕੇ ਆਵਾਂ ਕਿ ਜਿਹੜੇ ਆਪਣੇ ਰੂਟੀਨ ਵਾਈਜ਼ ਜਾਂ ਡੇਲੀ ਵੀਅਰ ਆਪਣੇ ਪੈ ਜਾਣ ਹਨਾ ਆਪਾਂ ਨੋਰਮਲੀ ਕਿਤੇ ਪਾਉਣੇ ਹੁੰਦੇ ਆ ਕਿਉਂਕਿ ਇੱਦਾਂ ਹੁੰਦੀ ਹੈ ਮੈਰਿਜਸ ਵਗੈਰਾ ਤਾਂ ਹਨਾ ਬਹੁਤ ਘੱਟ ਆਪਾਂ ਜਾਂਦੇ ਆ ਜਾਂ ਹੁਣ ਜਿੱਦਾਂ ਦਾ ਟ੍ਰੈਂਡ ਚੱਲ ਰਿਹਾ ਆ ਉਦਾਂ ਬਹੁਤ ਨੋਰਮਲੀ ਜੀ ਵੀਅਰ ਸਾਰੇ ਕਰਨਾ ਪਸੰਦ ਕਰਦੇ ਆ ਇਸ ਕਰਕੇ ਜੀ ਮੈਂ ਇੱਦਾਂ ਦੀ ਹੀ ਲੁੱਕ ਜ਼ਿਆਦਾਤਰ ਲੈ ਕੇ ਆਉਂਦੀ ਹਾਂ ਜੇ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਕੋਈ ਹੈਵੀ ਸੂਟ ਚਾਹੀਦੇ ਆ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਮੈਂ ਉਹ ਵੀ ਉਦਾਂ ਦੇ ਵੀ ਲੁੱਕ ਲੈ ਕੇ ਆਉਂਗੀ ਹੁਣ ਮੈਂ ਕੋਸ਼ਿਸ਼ ਕਰੂੰਗੀ ਜੀ ਹੁਣ ਮੈਂ ਲੈਸਿਸ ਦੇ ਨਾਲ ਕ੍ਰੀਏਟ ਕਰਕੇ ਥੋੜੇ ਜਿਹੇ ਕੁੜਤਾਜ਼ ਵਗੈਰਾ ਲੈ ਕੇ ਆਵਾਂ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਹੁਣ ਨੈਕਸਟ ਮੰਥ ਕਰਵਾ ਚੌਥ ਆ ਤੇ ਮੈਂ ਥੋੜੀ ਜੀ ਉਹਦੇ ਵਿੱਚ ਵੀ ਜ਼ਿਆਦਾ ਲੁੱਕ ਹੈਵੀ ਨਹੀਂ ਲੈ ਕੇ ਆਉਂਦੀ ਲਾਈਟ ਜੀ ਲੁੱਕ ਲੈ ਕੇ ਆਉਂਗੀ ਤਾਂ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਉਹ ਵੀ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰੂੰਗੀ ਜਦੋਂ ਹੀ ਉਹ ਰੈਡੀ ਹੋ ਗਏ ਤੇ ਬਾਕੀ ਇਦਾਂ ਹੀ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰਦੇ ਰਹੋ ਜੀ ਇਦਾਂ ਹੀ ਸਬਸਕ੍ਰਾਈਬ ਕਰਦੇ ਰਹੋ ਕਮੈਂਟ ਵੀ ਜ਼ਰੂਰ ਕਰਿਆ ਕਰੋ ਲਾਈਕ ਐਂਡ ਸ਼ੇਅਰ ਵੀ ਕਰਿਆ ਕਰੋ ਜੀ ਐਂਡ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ ਨੇ ਥੈਂਕ ਯੂ ਸੋ ਮੱਚ